ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੋ ਅੱਜ ਆਪਾਂ ਸਰਵਣ ਕਰਾਂਗੇ ਕਿ ਜੋ ਪੱਟੀ ਦਾ ਰਾਜਾ ਸੇਠ ਦੁਨੀ ਚੰਦ ਹੋਇਆ ਆ, ਜਿਸ ਕੋਲ ਧਨ ਦੌਲਤ ਬਹੁਤ ਸੀ ਲੇਕਿਨ ਸੰਗਤ ਨਾ ਹੋਣ ਕਰਕੇ ਮਨ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਚਲਾ ਗਿਆ। ਸੁਭਾਵਕ ਹੈ ਜਿਸ ਜੀਵ ਕੋਲ ਧਨ ਦੌਲਤ ਹੋਵੇ ਉਹ ਸੰਗਤ ਨਾ ਕਰਦਾ ਹੋਵੇ, ਗੁਰੂ ਦੀ ਸ਼ਰਨ ਵਿੱਚ ਨਾ ਆਉਂਦਾ ਹੋਵੇ, ਉਹਦੇ ਮਨ ਦੇ ਵਿੱਚ ਹੰਕਾਰ ਹਉਮੈ ਆ ਜਾਂਦੀ ਹੈ। ਸੋ ਗੁਰਮੁਖ ਪਿਆਰੇ ਉਸ ਰਾਜੇ ਦੀਆਂ ਸੱਤ ਧੀਆਂ ਸਨ ਅਤੇ ਹਉਮੈ ਵੱਸ ਹੋਇਆ ਮਨ, ਹੰਕਾਰ ਵੱਸ ਹੋਇਆ ਮਨ, ਇਹ ਭਰਮ ਦੇ ਵਿੱਚ ਪੈ ਗਿਆ ਕਿ ਸ਼ਾਇਦ ਇਹ ਮੇਰਾ ਦਿੱਤਾ ਖਾ ਰਹੀਆਂ ਨੇ। ਇੱਕ ਦਿਨ ਉਹਨੇ ਆਪਣੀ ਬੱਚੀਆਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿਸ ਦਾ ਦਿੱਤਾ ਖਾ ਰਹੀਆਂ ਹੋ, ਤਾਂ ਉਹਨਾਂ ਵਿੱਚੋਂ 6 ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾ ਰਹੀਆਂ ਹਾਂ। ਪਰੰਤੂ ਜੋ ਸਾਰਿਆਂ ਤੋਂ ਛੋਟੀ ਸੀ ਬੀਬੀ ਰਜਨੀ ਜੀ, ਜਿਸ ਨੂੰ ਮਾਲਕ 'ਤੇ ਭਰੋਸਾ ਸੀ, ਸੰਗਤ ਕਰਦੀ ਸੀ, ਉਹ ਚੁੱਪ ਰਹੀ। ਦੂਸਰੀ ਵਾਰ ਪੁੱਛਿਆ ਕਿ ਤੂੰ ਦੱਸ ਵੀ ਕਿਸ ਦਾ ਦਿੱਤਾ ਖਾ ਰਹੀ ਹੈ। ਉਸਨੇ ਕਿਹਾ ਕਿ ਪਿਤਾ ਜੀ ਮੈਂ ਉਸ ਪਰਮਾਤਮਾ ਦਿੱਤਾ ਖਾ ਰਹੀ ਹਾਂ। ਇਹ ਸੁਣ ਕੇ ਰਾਜੇ ਦੇ ਮਨ ਵਿੱਚ ਕ੍ਰੋਧ ਆ ਗਿਆ ਅਤੇ ਉਸਨੇ ਆਪਣੀ ਬੱਚੀ ਨੂੰ ਸਜ਼ਾ ਦੇਣਾ ਚਾਹਿਆ। ਉਸ ਵੇਲੇ ਦੀ ਸ਼ਾਖਾ ਬੀਬੀ ਸੁਰਿੰਦਰ ਕੌਰ ਜੀ ਅਤੇ ਬੀਬੀ ਲਖਵਿੰਦਰ ਕੌਰ ਜੀ ਦੇ ਕਵਿਸ਼ਰੀ ਜਥੇ ਪਾਸੋਂ ਇੰਝ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰਹਿੰਦਾ ਵਿੱਚ ਪੱਟੀ ਦੇ ਸੀ ਰਾਜਾ ਦੁਨੀ ਚੰਦ ਅਖਵਾਉਂਦਾ, ਹਰ ਨਾਖਸ਼ ਵਾਂਗੂ ਸੀ ਉਹ ਵੀ ਆਪਣਾ ਨਾਮ ਜਪਾਉਂਦਾ। ਸੱਤ ਧੀਆਂ ਉਸ ਦੀਆਂ, ਸੱਤ ਧੀਆਂ ਉਸ ਦੀਆਂ, ਸਭ ਨੂੰ ਕਹਿੰਦਾ ਕੋਲ ਬਿਠਾ ਕੇ ਤੁਸੀਂ ਕਿਸ ਦਾ ਖਾ ਰਹੀਆਂ, ਇਹ ਗੱਲ ਕਹਿਣ ਲੱਗਾ ਫੁਰਮਾ ਕੇ। ਜਦ ਪੁੱਛਿਆ ਰਜਨੀ ਤੋਂ ਉਸਨੇ ਕੀਤੀ ਗੱਲ ਨਿਆਰੀ, ਮੈਂ ਉਸ ਦਾ ਖਾ ਰਹੀ ਹਾਂ ਪਿਤਾ ਜੀ ਜਿਹੜਾ ਸਭ ਦਾ ਪਾਲਣਹਾਰੀ। ਬਿਨ ਉਸ ਦੇ ਆਰਡਰ ਤੋਂ, ਬਿਨ ਉਸ ਦੇ ਆਰਡਰ ਤੋਂ ਪਿਤਾ ਜੀ ਚੰਦ ਸੂਰਜ ਨਹੀਂ ਚੜ੍ਹਦੇ, ਸਭ ਕਈ ਲੱਖ ਦੇਵਤੇ ਵੀ ਉਹਨੂੰ ਰਹਿਣ ਡੰਡੋਤਾਂ ਕਰਦੇ। ਇਹ ਰਾਜ ਤਖਤ ਜਿਹੜਾ, ਇਹ ਰਾਜ ਤਖਤ ਜਿਹੜਾ ਪੀ ਉਸਦੀ ਲੀਲਾ ਨਾਰੀ, ਇਹ ਮਾਲਕ ਜਾਨੇ ਵੀ ਬਾਬਲਾ ਉਸਦੀ ਦੌਲਤ ਸਾਰੀ। ਧਨ ਉਸਦਾ ਜਿਗਰਾ ਹੈ, ਧਨ ਉਸਦਾ ਜਿਗਰਾ ਹੈ ਜਿਹੜਾ ਦੇ ਕੇ ਨਹੀਂ ਪਛਤਾਉਂਦਾ, ਪੱਥਰਾਂ ਵਿੱਚ ਜੀਆਂ ਨੂੰ ਉਹ ਤਾਂ ਦਾਤਾ ਰਿਜਕ ਪਚਾਉਂਦਾ। ਗੱਲ ਸੁਣ ਕੇ ਰਜਨੀ ਦੀ, ਗੱਲ ਸੁਣ ਕੇ ਰਜਨੀ ਦੀ ਪਿਤਾ ਦਾ ਲਾਲ ਹੋ ਗਿਆ ਤੇਰਾ, ਵੇਖਾਂਗਾ ਅਜਮਾ ਕੇ ਤੈਨੂੰ ਰਿਜਕ ਪਚਾਉਂਦਾ ਕਿਹੜਾ। ਸਤਵੰਤੀ ਦੇਵੀ ਤੇ, ਸਤਵੰਤੀ ਦੇਵੀ ਤੇ ਰਾਜਾ ਕਹਿਰ ਕਮਾਵਣ ਲੱਗਾ, ਇਹ ਵੱਖਰੀ ਦੁਨੀਆ ਤੇ ਵੇਖੋ ਰੀਤ ਚਲਾਵਣ ਲੱਗਾ। ਮਗਵਾ ਕੇ ਪਿੰਗਲੇ ਨੂੰ, ਮਗਵਾ ਕੇ ਪਿੰਗਲੇ ਨੂੰ ਦੇਂਦਾ ਨਾਲ ਉਸ ਦੇ ਫੇਰੇ, ਜਾ ਤੁਰ ਜਾ ਪੱਟੀ ਚੋਂ ਕਹਿੰਦਾ ਨਜ਼ਰ ਨਾ ਵੀ ਮੇਰੇ। ਦਿਲ ਕੰਬਿਆ ਧਰਤੀ ਦਾ, ਦਿਲ ਕੰਬਿਆ ਧਰਤੀ ਦਾ ਨੇਰਾ ਚਾਰ ਚੁਫੇਰੇ ਛਾਇਆ, ਚੰਦ ਸੂਰਜ ਛਿਪ ਗਏ ਵੀ ਨੇਰਾ ਚਾਰ ਚੁਫੇਰੇ ਛਾਇਆ। ਗੱਲ ਸੁਣ ਕੇ ਅਨਹੋਣੀ ਸਾਰਾ ਸ਼ਹਿਰ ਦੌੜ ਕੇ ਆਇਆ, ਮਾਸੂਮ ਵਿਚਾਰੀ ਤੇ ਰਾਜਿਆ ਏ ਕੀ ਕਹਿਰ ਕਮਾਇਆ। ਰਜਨੀ ਦੀਆਂ ਪੱਟੀ ਚੋਂ, ਰਜਨੀ ਦੀਆਂ ਪੱਟੀ ਚੋਂ ਜਦ ਸੀ ਲੱਗੀਆਂ ਹੋਣ ਜਦਾਈਆਂ, ਕੱਖ ਰੋਂਦੇ ਗਲੀਆਂ ਦੇ ਪੈਣਾ ਕੂੰਜ ਵਾਂਗ ਕੁਰ ਲਾਈਆਂ। ਤੀਆਂ ਦੇ ਦੁੱਖ ਬੁਰੇ, ਤੀਆਂ ਦੇ ਦੁੱਖ ਬੁਰੇ ਜਗ ਤੇ ਵੀਰ ਲਾ ਜਾਣੇ ਕੋਈ,
सीने ला पुत्री नू माता अखियां पर पर रोई नारो अमड़िए नी नारो अमड़िए नी मिलिया फल कर्मा दा मेरा रहे वसदा दुनिया ते पिताजी वतन हमेशा तेरा वेच अमृत सर जाके जी वेच अमृत सर जाके जी उसने वेखी खेड न्यारी उस डिग दे टेंदे ने तारी जा छपड़ी वेच मारी दुख मिट गए दुखिए दे दुख मिट गए दुखिए दे चढ़ गई नानक नाम खमारी सेवापति प्यारे दी सेवापति प्यारे दी कीती एक मन होके जेड़ी तारी पव सागर चो रब ने दुखा दी बेड़ी तारी पव सागर चो रब ने दुखा दी बेड़ी वाहिगुरु जी का खालसा वाहिगुरु जी।